मनसब दा हुक्म है, वह भी शब्द तुहानू सुना रहे हैं। तुम हर से तीराते संतो, ऐ संत जनों तुहाडी किवें सुन लैंदा परमात्मा, तुहाडा किवें उस वाहिगुरु नाल इतना प्यार है। साढ़े ते भी बख्शिश करो, रहमत करो, साढ़ा भी उस परमात्मा दे नाल इन्ना ही प्यार हो जाए और असी भी इस जम्मण मरण के चक्कर तो बच सकीए, साड़ी भी उस परमात्मा नाल प्रीत होवे तोड़ने बजाए। सारे जाने अरदास करिए, ओ वाहिगुरु परमात्मा जरूर सरवण कर सुनेगा जी। तुम हर से ती राते संतो, तुम हर से ती राते तुम हर से ती राते संतो, तुम हर से ती राते तुम हर से ती राते संतो, तुम हर से ती राते निबाहे हो मोको पुरख विधाते निबाहे ले हो मोको पुरख विधाते पोड़ पचावो दाते तुम हर से राते संतो, तुम हर से ती राते तुम हर से ती राते संतो, तुम हर से ती राखो शरण अनाथ दीन को, करो हमारी गाते निबाहे ले हो मोको पुरख विधाते निबाहे ले हो मोको पुरख पचावो दाते तुम हर से ती राते संतो, तुम हर से ती राते तरण सागर बोहित चरण तुम्हारे, तुम जानो अपनी पाते कर कृपा जिस राखो संगे देते पार परा निभाहे ले हो मोको पुरख विधाते निभाहे ले हो मोको पुरख विधाते।
पछावो दाते कुम्हार से ती राते संतो तुम्हार से संतो तुम हर से अब तुम समरथ सब किच तुम रहते ऐसा निधान दे हो मोक हर जन चल चल हमारे साथ निवाहे निभाहे ले हो मोको पुरख विधाते ओढ़ पछावो दाते तुम्हार से ती राते संतो तुम्हार से ती निर्गुणियारे को गुण कीजे हर नाम मेरा मन जापे निर्गुणियारे को गुण कीजे हर नाम मेरा संत पर साध नानक हर पेटे मन तन शीतल त्रापे निभाहे ले हो मोको पुरख विधाते निभाहे ले हो मोको पुरख पछावो दाते तुम्हार से ती राते संतो तुम्हार से ती राते तुम्हार से ती राते संतो तुम हर से ती राते तुम हर से ती राते तुम हर से ती राते इतनी हाजिरी स्वीकार करने आप सरबत संघ का धन्यवाद कोटान कोट शुक्र साहिब श्री गुरु ग्रंथ साहब जी का जिन्हां दी पावन बाणी मन दे विच कोमलता पैदा करती है निम्रता पैदा करती है श्रद्धा भावना पैदा करती है जब बेनती दे शब्द असीं पढ़दे हाँ हिरदा कोमल हो जाता है
ਜਿਸਦਾ ਹਿਰਦਾ ਨਰਮ ਹੋਵੇ, ਕੋਮਲ ਹੋਵੇ, ਉਹ ਕੁਦਰਤੀ ਗੱਲ ਹੈ, ਦੁਨੀਆ ਨਾਲ ਵੀ ਜੋ ਵਿਹਾਰ ਕਰਦਾ ਹੈ ਉਹ ਬੜਾ ਨਿਮਰਤਾ ਨਾਲ ਕਰਦਾ ਹੈ, ਕੋਮਲਤਾ ਨਾਲ ਕਰਦਾ ਹੈ। ਔਰ ਜਿਸਦਾ ਦੁਨੀਆ ਨਾਲ ਵਿਹਾਰ ਸੱਚਾ ਸੁੱਚਾ ਨਿਮਰਤਾ ਵਾਲਾ ਹੈ, ਜੋ ਦੁਨੀਆ ਨਾਲ ਜੈਸਾ ਵਿਹਾਰ ਕਰੇਗਾ ਤੈਸਾ ਹੀ ਉਹ ਪਰਮਾਤਮਾ ਵੀ ਉਸ ਜੀਵ ਨਾਲ ਵਿਹਾਰ ਕਰਦਾ ਹੈ। ਅਸੀਂ ਜੋ ਇੱਥੋਂ ਖੱਟ ਕੇ ਜਾਂਦੇ, ਕਮਾ ਕੇ ਜਾਂਦੇ ਹਾਂ, ਉਹੀ ਸਾਨੂੰ ਮਿਲਦਾ ਹੈ। ਤੋ ਮਹੰਸਾ ਵਰਗੀ ਗਰੀਬੀ, ਨਿਮਰਤਾ, ਅਡੋਲਤਾ, ਸਹਿਜਤਾ ਜਿਨ੍ਹਾਂ ਨੇ ਆਨੰਦ ਮਾਣਿਆ ਹੈ ਉਹਨਾਂ ਦੀ ਸੰਗਤ ਦਾ, ਉਹ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਹੋਵੇ। ਐਸੀ ਸ਼ਰਧਾ ਸਾਡੇ ਅੰਦਰ ਵੀ ਪੈਦਾ ਹੋਵੇ, ਭਾਵਨਾ ਔਰ ਭਰੋਸਾ ਉਸ ਪਰਮਾਤਮਾ ਵਿੱਚ ਸਾਡੇ ਅੰਦਰ ਵੀ ਪੈਦਾ ਹੋਵੇ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਉਸ ਰਾਹ 'ਤੇ ਤੋਰਦੇ ਨੇ, ਔਰ ਅੱਛੇ ਅੱਛੇ ਮਹਾਂਪੁਰਸ਼ਾਂ ਦੀ ਸੰਗਤ ਦੀ ਪ੍ਰੇਰਨਾ ਵੀ ਦਿੰਦੇ ਨੇ। ਇਹ ਗੱਲ ਠੀਕ ਹੈ ਕਿ ਇਸ ਸੰਸਾਰ 'ਤੇ ਕੂੜ ਜ਼ਿਆਦਾ ਰਿਹਾ ਹੈ, ਪਖੰਡੀ ਜ਼ਿਆਦਾ ਹਨ, ਚਾਹੇ ਉਹ ਕਿਸੇ ਵੀ ਧਰਮ ਵਿੱਚ ਹੋਣ, ਕਿਸੇ ਵੀ ਖੇਤਰ ਵਿੱਚ ਹੋਣ, ਚਾਹੇ ਦੁਨੀਆ ਦਾ ਵਿਹਾਰ ਕਰਦੇ ਹੋਣ, ਚਾਹੇ ਪਰਮਾਤਮਾ ਨਾਲ ਵਿਹਾਰ ਕਰਦੇ ਹੋਣ। ਪਖੰਡੀਆਂ ਦੀ ਬਹੁਤ ਵੱਡੀ ਲਾਈਨ ਹੈ, ਔਰ ਉਸ ਵਿੱਚੋਂ ਕਿਸੇ ਸੱਚੇ ਸੁੱਚੇ ਨੂੰ ਪਹਿਚਾਨਣਾ ਬੜਾ ਔਖਾ ਹੈ, ਮੁਸ਼ਕਲ ਹੈ। ਅਸੀਂ ਇੱਕ ਵਾਰੀ ਮਾਨਸਾ ਸੰਤ ਸਤਨਾਮ ਸਿੰਘ ਜੀ ਨੂੰ ਪੁੱਛਿਆ, ਅਸੀਂ ਕਿਹਾ ਮਾਨਸਾ ਕਈ ਵਾਰੀ ਕਈਆਂ ਸੰਤਾਂ ਨਾਲ ਇਸ ਕਰਕੇ ਅਸੀਂ ਤਾਂ ਇਸ ਕਰਕੇ ਮਿਲਦੇ ਹਾਂ ਕਿ ਕੁਛ ਜ਼ਿੰਦਗੀ ਵਿੱਚ ਇਸ ਜੀਵਨ ਨੂੰ ਸੁਧਾਰਨ ਦਾ ਕੋਈ ਹੋਰ ਢੰਗ ਆ ਜਾਵੇ, ਕਿਸੇ ਜੁੜੇ ਹੋਏ ਦੀ ਸੰਗਤ ਨਾਲ ਅਸੀਂ ਵੀ ਜੁੜ ਜਾਈਏ। ਤੋ ਅਸੀਂ ਉਹਨਾਂ ਨੂੰ ਕਿਹਾ ਕਦੀ ਕਈ ਵਾਰੀ ਕਈਆਂ ਦੇ ਨੇੜੇ ਹੋ ਕੇ ਦੇਖੀਦਾ, ਫਿਰ ਬੜਾ ਮਨ ਖਰਾਬ ਹੁੰਦਾ। ਤੋ ਸਾਨੂੰ ਉਹਨਾਂ ਨੇ ਜੋ ਸਿੱਖਿਆ ਦਿੱਤੀ, ਕਹਿੰਦੇ ਬਹੁਤਾ ਕਿਸੇ ਦੇ ਨੇੜੇ ਨਾ ਹੋਇਆ ਕਰੋ, ਫਿਰ ਉਸਦੇ ਔਗਣ ਨਜ਼ਰ ਆਉਣ ਲੱਗ ਪੈਂਦੇ ਨੇ। ਉਹਨਾਂ ਨੇ ਸਾਨੂੰ ਜੋ ਆਖਿਆ, ਕਹਿੰਦੇ ਦੂਰ ਦੂਰ ਠੀਕ ਹੈ। ਮਾਨ ਸਾਹਿਬ ਜੀ, ਮਾਨ ਤਾਰਾ ਸਿੰਘ ਜੀ, ਜਿਨ੍ਹਾਂ ਦੀ ਸੰਗਤ ਅਸੀਂ ਮਾਣੀ ਹੈ ਔਰ ਨੇੜੇ ਹੋ ਕੇ ਮਾਣੀ ਹੈ, ਔਰ ਅੱਜ ਤੱਕ ਵੀ ਸਾਨੂੰ ਕਦੇ ਕੋਈ ਐਸੀ ਗੱਲ ਨਹੀਂ ਲੱਗੀ ਕਿ ਇਹ ਗੁਰੂ ਨਾਲੋਂ ਜਾਂ ਪਰਮਾਤਮਾ ਨਾਲੋਂ ਤੋੜਦੇ ਨੇ, ਹਮੇਸ਼ਾ ਜੋੜਦੇ ਰਹੇ ਨੇ, ਅੱਜ ਤੱਕ ਜੋੜਦੇ ਨੇ, ਕਿਉਂਕਿ ਹਿਰਦੇ 'ਚ ਗਰੀਬੀ ਹੈ, ਨਿਮਰਤਾ ਹੈ, ਕੋਮਲਤਾ ਹੈ। ਤੋ ਸਾਰੇ ਮਹਾਂਪੁਰਸ਼ਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਪਰ ਜਿਹੜੀ ਸਾਡੇ ਅੰਦਰ ਮਹੰਤ ਸਾਹਿਬ ਜੀ ਦੀ ਜਗ੍ਹਾ ਬਣੀ ਹੈ, ਬਹੁਤ ਗਹਿਰੀ ਹੈ, ਕਿਉਂਕਿ ਉਹ ਇੱਕ ਐਸੀ ਆਤਮਾ ਸੀ ਜਿਨ੍ਹਾਂ ਨੇ ਕਦੇ ਆਪਣੇ ਆਪ ਨੂੰ ਕੋਈ ਮਹਾਂਪੁਰਸ਼ ਜਾਂ ਮਹੰਤ ਜਾਂ ਸੰਤ ਜਣਾਇਆ ਹੀ ਨਹੀਂ ਸੀ। ਅਸੀਂ ਜਦ ਆਉਂਦੇ ਸਾਂ ਉਹਨਾਂ ਦੇ ਦਰਸ਼ਨ ਕਰਨ, ਉਹ ਪਹਿਲਾਂ ਹੀ ਲੰਮੇ ਪੈ ਜਾਂਦੇ ਸਨ, ਲੰਮੇ ਪੈ ਕੇ ਡੰਡੌਤ ਕਰਦੇ ਸਨ, ਸਾਨੂੰ ਕਰਨ ਲੱਗ ਪੈਂਦੇ ਸਨ। ਕਿਉਂ ਨਾ ਹੋਵੇ ਐਸੇ ਗੁਰਸਿੱਖ ਦੇ, ਜੋ ਦਿਸੇ ਗੁਰਸਿੱਖੜਾ ਅਤੇ ਸਨੇਵ ਨਿਵ ਲਾਗੂ ਪਾਏ ਜੀ। ਐਸੇ ਗੁਰਸਿੱਖਾਂ ਦੀ, ਸੰਤਾਂ ਦੀ, ਜਿਨ੍ਹਾਂ ਨੂੰ ਬਾਣੀ ਨੇ ਸੰਤ ਬਣਾਇਆ, ਬਾਣੀ ਤਾਂ ਸਾਰਿਆਂ ਨੂੰ ਸੰਤ ਹੀ ਬਣਾਉਂਦੀ ਹੈ, ਐਸੇ ਮਹਾਂਪੁਰਸ਼ਾਂ ਦੀ ਸੰਗਤ ਜ਼ਰੂਰੀ ਹੋ ਜਾਂਦੀ ਹੈ, ਮਾਣਨੀ ਚਾਹੀਦੀ ਹੈ। ਤੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਨ, ਸਾਨੂੰ ਸੋਝੀ ਵੀ ਬਖਸ਼ਣ, ਬਾਣੀ ਸੋਝੀ ਬਖਸ਼ਦੀ ਹੈ, ਤੂੰ ਪਰਖ ਲੈ, ਇੱਕ ਸਵੱਟੀ ਹੈ ਨਾ ਬਾਣੀ, ਕਿਹੜਾ ਕਿਹੜਾ ਪੂਰਾ ਉਤਰਦਾ ਹੈ। ਸਾਨੂੰ ਜੇ ਬਾਣੀ ਦਾ ਪਤਾ ਹੋਵੇ ਫਿਰ ਅਸੀਂ ਪਖੰਡੀਆਂ ਦੇ ਢਾਏ ਨਹੀਂ ਚੜ੍ਹਦੇ, ਅਤੇ ਜੇ ਨਾ ਪਤਾ ਹੋਵੇ ਅਣਭੋਲ ਪੁਣੇ ਵਿੱਚ ਜਦ ਲੁੱਟ ਜਾਂਦਾ ਸਭ ਕੁਛ, ਤਦ ਕਹਿੰਦੇ ਹਾਂ ਤਾਂ ਜੀਵਨ ਲੁੱਟਿਆ ਗਿਆ ਹੈ। ਕਈਆਂ ਕਈਆਂ ਸਾਲਾਂ ਬਾਅਦ ਪਤਾ ਲੱਗਦਾ ਹੈ ਤਾਂ ਕੁਛ ਵੀ ਨਹੀਂ ਸੀ, ਧਨ ਦੌਲਤ ਵੀ ਲੁਟਾਇਆ, ਸਮਾਂ ਵੀ ਲੁਟਾ ਦਿੱਤਾ, ਮਿਲਿਆ ਹੀ ਕੁਛ ਨਹੀਂ। ਅਤੇ ਜੋ ਲੈਣਾ ਹੈ, ਨਿਰਗੁਣ ਆਰੇ ਕੋ ਗੁਣ ਕੀਜੈ, ਹਰ ਨਾਮ ਮੇਰਾ ਮਨ ਜਾਪੇ। ਇਹ ਦੁਨੀਆਂ ਦੇ ਪਦਾਰਥ ਤਾਂ ਪਰਮਾਤਮਾ ਨੇ ਦਿੱਤੇ ਹੀ ਨੇ ਸਾਨੂੰ। ਸੰਤਾਂ ਦੀ ਸੰਗਤ ਦਾ ਮਤਲਬ ਹੈ ਉਸ ਵਾਹਿਗੁਰੂ ਨਾਲ ਜੁੜ ਜਾਈਏ, ਇਹ ਜੀਵਨ ਸੁਧਰ ਜਾਏ, ਇਸ ਜੀਵਨ ਵਿੱਚ ਨਿਮਰਤਾ ਆ ਜਾਏ, ਕੋਮਲਤਾ ਆ ਜਾਏ, ਐਸਾ ਵਿਹਾਰ ਅਸੀਂ ਕਰੀਏ ਸੰਸਾਰ ਨਾਲ ਕਿ ਸਾਡੇ ਨਾਲ ਵੀ ਉਹ ਨਿਰੰਕਾਰ ਪਰਮਾਤਮਾ ਐਸਾ ਵਿਹਾਰ ਕਰੇ, ਜਿਸ ਦੇ ਪਰਿਵਾਰ ਨਾਲ ਅਸੀਂ ਵਿਹਾਰ ਕਰਾਂਗੇ, ਕੁਦਰਤੀ ਗੱਲ ਪਿਤਾ ਵੀ ਸਾਡੇ ਨਾਲ ਉਹੋ ਜਿਹਾ ਵਰਤੇਗਾ। ਇਹ ਸੰਸਾਰ ਉਸ ਪਰਮਾਤਮਾ ਦਾ ਪਿਆਰ ਹੈ, ਉਸਦਾ ਪਰਿਵਾਰ ਹੈ, ਜੈਸਾ ਵਿਹਾਰ ਅਸੀਂ ਇਸ ਨਾਲ ਕਰਾਂਗੇ ਤੇ ਐਸਾ ਉਹ ਪਰਮਾਤਮਾ ਸਾਡੇ ਨਾਲ ਕਰੇਗਾ।
तो महान साहब जी ने बहुत कुछ सिखाया जिंदगी विच, तुहानू सारयां नू निम्रता सिखाई है। ऐसे महापुरशां नू नमस्कार है। तो धन्नवादी हाँ महंत प्रतपाल सिंह जी, संत अजीत सिंह जी दा, जिहड़े हमेशा प्यार करदे ने। और अज भाई जसकरन सिंह जी ने आउणा सी, पर कुछ शरीर कष्ट उन्हां दे बच्चे ते आया है। उन्हां लई भी अरदास करिए सतगुरु उन्हां दे बच्चे नू तंदुरुस्ती बख्शण। तो वह नहीं आ सके, मैनू हुक्म कीता है, मैं आया हाँ। और मैं श्रद्धा भावना हमेशा लैके आउंदा हाँ कि उस वाहिगुरु दे दर्शन हो जाण, उस परमात्मा दी रहमत होवे, उस नाल साडा प्यार हो जावे। ऐसी अरदास साडे लई करनी। सो होइयां भुल्लां चुक्कां दी खिमां बख्श देणी। आनंद साहिब जी का पाठ उपरंत सतगुरां चरणां च अरदास।